ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਇੱਕ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਬਾਜ਼ ਸ਼ਰੀਫ ਦਾ ਹੈੱਡਫੋਨ ਕੰਮ ਨਹੀਂ ਕਰ ਰਿਹਾ ਸੀ। ਜਦੋਂ ਪਾਕਿਸਤਾਨੀ ਪੀਐਮ ਹੈੱਡਫੋਨ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਸੇ ਵੇਲੇ ਕੋਲ ਬੈਠੇ ਪੁਤਿਨ ਵੀ ਮੁਸਕਰਾਉਣ ਲੱਗੇ। ਸ਼ਹਿਬਾਜ਼ ਸ਼ਰੀਫ ਨੇ ਟਵੀਟ ਕਰਕੇ ਦੱਸਿਆ ਕਿ ਸਮਰਕੰਦ ਵਿੱਚ ਹੋਈਆਂ ਬੈਠਕਾਂ ਵਿੱਚ ਉਨ੍ਹਾਂ ਨੇ ਵਪਾਰ ਅਤੇ ਨਿਵੇਸ਼ 'ਤੇ ਗੱਲ ਕੀਤੀ। ਹਾਲਾਂਕਿ ਇਸ ਟਵੀਟ ਤੋਂ ਬਾਅਦ ਪੀਟੀਆਈ ਦੇ ਨੇਤਾ ਕਾਸਿਮ ਖਾਨ ਸੂਰੀ ਨੇ ਇੱਕ ਤਸਵੀਰ ਟਵੀਟ ਕੀਤੀ। ਉਹਨਾਂ ਨੇ ਲਿਖਿਆ, ਇੱਕ ਪੱਖ ਨੋਟ ਲਿਖ ਰਿਹਾ ਸੀ, ਦੂਜਾ ਪੱਖ ਭਿਖਾਰਿਆਂ ਦੀ ਤਰ੍ਹਾਂ ਖਾਲੀ ਬੈਠਾ ਹੈ। ਉਜ਼ਬੇਕਿਸਤਾਨ ਦੀ ਰਾਜਧਾਨੀ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਚੱਲ ਰਹੀ ਹੈ। ਭਾਰਤ ਸਣੇ ਦੁਨੀਆ ਭਰ ਦੇ ਨੇਤਾ ਇਸ ਬੈਠਕ ਵਿੱਚ ਹਿੱਸਾ ਲੈਣ ਪਹੁੰਚੇ ਨੇ।